ਸਲਾਮ ਅਲੈਕੁਮ ਵਿਵਰਸ, ਕੀ ਹਾਲ ਹੈ ਤੁਹਾਡਾ? ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਅਤੇ ਹੱਸਦੇ ਅਤੇ ਮੁਸਕਰਾਉਂਦੇ ਹੋਵੋਗੇ। ਅੱਲਾਹ ਤਾਲਾ ਤੁਹਾਨੂੰ ਹਮੇਸ਼ਾ 5 ਦਿਨ ਬਾਅਦ ਦੇ ਸਦਕੇ ਖੁਸ਼ ਅਤੇ ਆਬਾਦ ਰੱਖੇ। ਅੱਜ ਦੀ ਰੈਸਪੀ ਆਪਾਂ ਲੈ ਕੇ ਆਏ ਹਾਂ ਦਾਲ, ਚਨਿਆਂ ਦੀ ਦਾਲ ਦੇ ਪਕੌੜੇ। ਤਾਂ ਚਲੋ ਰੈਸਪੀ ਨੂੰ ਸਟਾਰਟ ਕਰਦੇ ਹਾਂ। ਬਹੁਤ ਹੀ ਮਜ਼ੇਦਾਰ ਬਣਦੇ ਨੇ। ਅਗਰ ਕੋਈ ਗੈਸਟ ਵਗੈਰਾ ਵੀ ਆ ਜਾਵੇ ਤਾਂ ਉਹਨਾਂ ਨੂੰ ਵੀ ਬਣਾ ਕੇ ਪੇਸ਼ ਕਰੋ ਅਤੇ ਬਹੁਤ ਹੀ ਖੁਸ਼ ਹੋਣਗੇ। ਘਰ ਵੀ ਤੁਸੀਂ ਚਾਏ ਨਾਲ ਵੀ ਖਾ ਸਕਦੇ ਹੋ, ਹਲਕੀ ਫੁਲਕੀ ਭੁੱਖ ਮਿਟਾਉਣ ਵਾਸਤੇ। ਅਗਰ ਤੁਹਾਨੂੰ ਰੈਸਪੀ ਪਸੰਦ ਆਏ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਕੋ ਜ਼ਰੂਰ ਪ੍ਰੈਸ ਕਰਿਓ। ਤਾਂ ਚਲੋ ਰੈਸਪੀ ਨੂੰ ਆਪਾਂ ਸਟਾਰਟ ਕਰਦੇ ਹਾਂ। ਚਲੋ ਜੀ, ਦਾਲ ਜਿਹੜੀ ਚਣਿਆਂ ਦੀ ਸੀ ਇਹ ਮੈਂ ਰਾਤੀ ਭੇਲੀ ਸੀ। ਅਗਰ ਤੁਸੀਂ ਸੁਬਹ ਨੂੰ ਬਣਾਉਣਾ ਚਾਹੁੰਦੇ ਹੋ, ਤੁਹਾਨੂੰ ਕਿ ਇਸ ਤਰ੍ਹਾਂ ਯਾਦ ਆਇਆ ਕਿ ਮੈਂ ਅਸੀਂ ਅੱਜ ਵੀ ਦਾਲ ਦੇ ਪਕੌੜੇ ਬਣਾਉਂਦੇ ਹਾਂ ਚਣਿਆਂ ਦੀ, ਤਾਂ ਤੁਸੀਂ 2-3 ਘੰਟੇ ਨਾ ਪਾਣੀ ਗਰਮ ਕਰਕੇ ਅਤੇ ਉਹਦੇ 'ਚ ਵੀ ਭੇਜ ਸਕਦੇ ਹੋ। ਅਤੇ ਮੈਂ ਵੈਸੇ ਰਾਤੀ ਭੇਜ ਦਿੱਤੇ ਸੀਗੇ ਅਤੇ ਥੋੜ੍ਹੀ ਜਿਹੀ ਮੈਂ ਨਾ ਉਬਾਲ ਲਈ ਸੀ। ਆ ਤੁਸੀਂ ਦੇਖ ਸਕਦੇ ਹੋ ਕਿ ਥੋੜ੍ਹੀ ਥੋੜ੍ਹੀ ਨਾ ਇੰਨੀ ਇੰਨੀ ਰਹਿਣੀ ਚਾਹੀਦੀ ਹੈ, ਬਿਲਕੁਲ ਗਾਲਣੀ ਨਹੀਂ ਹੈਗੀ ਹੈ। ਅਤੇ ਹੁਣ ਆਪਾਂ ਇਹ ਵਾਲੀ ਕੁੰਡੀ ਲਵਾਂਗੇ ਅਤੇ ਇਹਦੇ ਵਿੱਚ ਇਹ ਵਾਲੇ ਮਸਾਲੇ, ਥੋੜ੍ਹਾ ਜਿਹਾ ਜ਼ੀਰਾ ਵੀ, ਥੋੜੇ ਜਿਹੀ ਦਾਲਚੀਨੀ ਹੈ, ਥੋੜ੍ਹਾ ਜਿਹੀ ਖੁਸ਼ਕ ਧਨੀਆ ਵੇ, ਅਤੇ ਇੱਕ ਤੇਜ਼ ਪੱਤਾ ਵੇ, ਅਤੇ ਲੌਂਗ ਹੈ 2-3। ਅਤੇ ਚਲੋ ਇਹਨਾਂ ਨੂੰ ਆਪਾਂ ਪਹਿਲੇ ਨਾ ਕੁੱਟ ਲੈਂਦੇ ਹਾਂ ਇਸ ਤਰ੍ਹਾਂ ਨਾ, ਅੱਛੀ ਤਰ੍ਹਾਂ ਆਪਾਂ ਇਹਨਾਂ ਨੂੰ ਪਹਿਲੇ ਕੁੱਟ ਲੈਂਦੇ ਹਾਂ। ਅਗਰ ਤੁਹਾਡੇ ਕੋਲ ਗਰੈਂਡਰ ਹੈ ਜਾਂ ਅੱਗੇ ਮਿਕਸੀ ਹੈ ਜੋ ਵੀ ਹੈ, ਤੁਸੀਂ ਉਹਦੇ 'ਚ ਵੀ ਕਰ ਸਕਦੇ ਹੋ। ਵੈਸੇ ਮੈਂ ਨਾ ਇਹਦੇ ਵਿੱਚ ਅੱਜ ਕਰਨਾ ਸੀ, ਮੈਨੂੰ ਅੱਛਾ ਲੱਗਦਾ ਸੀ ਕਿ ਮੈਂ ਇਹ ਕੁੰਡੀ 'ਚ ਵੀ ਦੱਸਾਂ। ਕਿਸੇ ਕੋਲ ਨਹੀਂ ਵੀ ਹੁੰਦਾ ਵੇ ਇਸ ਤਰ੍ਹਾਂ ਜੱਗ ਵਗੈਰਾ ਜਾਂ ਨਹੀਂ ਵੀ ਸਹੂਲਤ ਹੁੰਦੀ ਹੈ, ਇਸ ਤਰ੍ਹਾਂ ਅੱਛੀ ਤਰ੍ਹਾਂ ਆਪਾਂ ਕੁੱਟ ਲਾਂਗੇ। ਚਲੋ ਇਸ ਤਰ੍ਹਾਂ 2 ਹਰੀਆਂ ਮਿਰਚਾਂ ਕੱਟੀਆਂ ਹੋਈਆਂ ਸੀ, ਇਹ ਵੀ ਆਪਾਂ ਪਾ ਦਿੰਦੇ ਹਾਂ। ਲਸਣ ਅਦਰਕ ਦਾ ਪੇਸਟ, ਇਹ ਵੀ ਆਪਾਂ ਪਾ ਦਿਆਂਗੇ। ਅਗਰ ਤੁਹਾਨੂੰ ਪਸੰਦ ਹੈ ਤਾਂ ਠੀਕ ਹੈ, ਨਹੀਂ ਹੈ ਤਾਂ ਤੁਸੀਂ ਨਾ ਪਾਵੋ। ਅਗਰ ਤੁਹਾਨੂੰ ਇਹਦੀ ਸਮੈਲ ਅੱਛੀ ਨਹੀਂ ਲੱਗਦੀ ਤਾਂ। ਹੁਣ ਆਪਾਂ ਇਸ ਤਰ੍ਹਾਂ ਦਾਲ ਵੀ ਨਾਲ ਹੀ ਪਾ ਦਿੰਦੇ। ਦਾਲ ਨੂੰ ਜ਼ਿਆਦਾ ਨਾ ਵੀ ਬਿਲਕੁਲ ਬਰੀਕ ਨਹੀਂ ਕਰਨਾ ਵੇ, ਇਸ ਤਰ੍ਹਾਂ ਮਾੜਾ ਮਾੜਾ ਨਾ ਇਸ ਤਰ੍ਹਾਂ ਚਚਰਨਾ ਵੇ। ਚਲੋ ਜੀ, ਬਸ ਇਸ ਤਰ੍ਹਾਂ ਦੀ ਕਰਨੀ ਹੈ। ਇਸ ਤਰ੍ਹਾਂ ਆਪਾਂ ਬੋਲ 'ਚ ਪਾ ਲੈਂਦੇ ਹਾਂ। ਹਾਫ ਤੋਂ ਕਮ ਸੁਰਖ ਮਿਰਚਾਂ, ਹਰੀਆਂ ਵੀ ਪਾਈਆਂ ਸੀ ਨਾ। ਹਾਫ ਚਮਚ ਨਮਕ ਦਾ, ਹਾਫ ਚਮਚ ਹਲਦੀ, ਹਾਫ ਚਮਚ ਦੜਾ ਮਿਰਚ, ਥੋੜ੍ਹੀ ਜਿਹੀ ਖੁਸ਼ਕ ਮੇਥੀ ਹੈ ਇਹ ਵੀ ਆਪਾਂ ਪਾ ਦਿਆਂਗੇ, ਹਰਾ ਧਨੀਆ ਪੱਤੇ ਨੇ ਇਹਦੇ, ਇਸ ਤਰ੍ਹਾਂ ਇਹ ਵੀ ਆਪਾਂ ਪਾ ਦਿਆਂਗੇ। 2 ਚਮਚ ਬੇਸਣ ਹੈ ਇਹ ਆਪਾਂ ਪਾ ਦਿਆਂਗੇ, ਇਸ ਤਰ੍ਹਾਂ ਹੱਥ ਨਾਲ ਹੀ ਨਾ, ਇਹਦੇ 'ਚ ਪਾਣੀ ਨਹੀਂ ਪੈਂਦਾ ਵੇ, ਇਸ ਤਰ੍ਹਾਂ ਹੱਥ ਨਾਲ ਹੀ ਆਪਾਂ ਕਰ ਲਾਂਗੇ। ਇਸ ਤਰ੍ਹਾਂ ਆਪਾਂ ਟਿੱਕੀਆਂ ਬਣਾ ਲਾਂਗੇ ਇਸ ਤਰ੍ਹਾਂ ਨਾ, ਇਸ ਤਰ੍ਹਾਂ ਦੀਆਂ। ਇਸ ਤਰ੍ਹਾਂ ਚਲੋ ਹੁਣ ਆਪਾਂ ਫਰਾਈ ਕਰਨੇ ਆ। ਚਲੋ ਜੀ, ਆਇਲ ਆਪਣਾ ਗਰਮ ਹੋ ਗਿਆ, ਆਇਲ ਬਿਲਕੁਲ ਤੇਜ਼ ਆਂਚ ਨਹੀਂ ਰੱਖਣੀ ਹੈ, 0 ਆਂਚ ਰੱਖਣੀ ਹੈ। ਦੇਖ ਸਕਦੇ ਤੁਸੀਂ ਮਾਸ਼ਾਅੱਲਾ। ਚਲੋ ਇਹ ਆਪਾਂ ਹੁਣ ਸਾਰੀਆਂ ਬਾਹਰ ਕੱਢ ਲੈਂਦੇ ਹਾਂ। ਚਲੋ ਚਲੋ ਜੀ, ਵੀ ਫਰਾਈ ਹੋ ਗਈਆਂ, ਹੁਣ ਆਪਾਂ ਡਿਸ਼ ਆਊਟ ਕਰਨੇ ਆ। ਚਲੋ ਦੇਖ ਸਕਦੇ ਮਾਸ਼ਾਅੱਲਾ ਕਿੰਨੀਆਂ ਪਿਆਰੀਆਂ, ਬਹੁਤ ਹੀ ਨਾਇਸ ਅਤੇ ਬਹੁਤ ਹੀ ਸੋਫਟ ਨੇ। ਚਲੋ ਜੀ, ਮਿਲਣੇ ਦੂਸਰੀ ਰੈਸਪੀ ਦੇ ਨਾਲ, ਉਦੋਂ ਤੱਕ ਰੱਬ ਰਾਖਾ।